ਐਨਸੀਬੀ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਦਿਖਾਈ ਦੇ ਰਿਹਾ ਕਿਉਂਕਿ ਦੋ ਨਸ਼ਾ ਤਸਕਰ ਜਿਹੜੇ ਕਿ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਉਹਨਾਂ ਨੂੰ ਹੁਣ ਡਿਬਰੂਗੜ੍ਹ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਅਜਿਹੀ ਨੌਬਤ ਕਿਉਂ ਆਉਂਦੀ ਹੈ? ਕਿਉਂਕਿ ਪਤਾ ਇਹ ਲੱਗਦਾ ਹੈ ਏਜੰਸੀਆਂ ਨੂੰ ਕਿ ਦੋ ਨਸ਼ਾ ਤਸਕਰ ਜਿਹੜੇ ਅਸੀਂ ਕਾਬੂ ਕੀਤੇ ਸਨ ਬੜੀ ਮੁਸ਼ੱਕਤ ਦੇ ਨਾਲ। ਐਨਸੀਬੀ ਨੇ ਇੱਥੇ ਵੀ ਦੱਸਣਾ ਬਣਦਾ 57 ਕਰੋੜ ਰੁਪਏ ਤੋਂ ਵੱਧ ਚੱਲ ਅਤੇ ਅਚੱਲ ਸੰਪੱਤੀ ਫਰੀਜ਼ ਕਰ ਲਈ ਹੈ, ਜ਼ਬਤ ਕੀਤੀ ਹੋਈ ਹੈ ਇਹਨਾਂ ਨਸ਼ਾ ਤਸਕਰਾਂ ਦੀ। ਔਰ ਖਾਸ ਕਰਕੇ ਜਿਹੜਾ ਮੁੱਖ ਸਰਗਣਾ ਹੈ, ਮੁੱਖ ਨਸ਼ਾ ਤਸਕਰ ਹੈ ਜਿਸ ਨੂੰ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ ਐਨਸੀਬੀ ਨੇ, ਉਸ ਦੇ ਜਿਹੜਾ ਕੰਮ ਸੀ ਉਸਦੇ ਪਿਤਾ ਜਿਹੜੇ ਨੇ ਉਹ ਲੁਧਿਆਣਾ ਦੇ ਇੱਕ ਥਾਂ ਦੇ ਵਿੱਚ ਚਾਹ ਦੀ ਦੁਕਾਨ ਲਾਉਂਦੇ ਸਨ। ਚਾਹ ਦੀ ਦੁਕਾਨ ਤੋਂ ਬਾਅਦ ਉਸਨੇ ਮੈਡੀਕਲ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਉਸਦੇ ਲੜਕੇ ਨੇ, ਔਰ ਉਸ ਤੋਂ ਬਾਅਦ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਥੋੜ੍ਹੇ ਹੀ ਸਮੇਂ ਦੇ ਵਿੱਚ ਕਰੋੜਾਂ ਦੀ ਜਾਇਦਾਦ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਹੈ, ਜਾਂਚ ਪੜਤਾਲ ਹੁੰਦੀ ਹੈ ਅਤੇ ਪਤਾ ਲੱਗਦਾ ਕਿ ਇਸਨੇ ਨਸ਼ਾ ਤਸਕਰੀ ਦੇ ਨਾਲ ਇੱਕ ਵੱਡੇ ਅੰਪਾਇਰ ਖੜ੍ਹੇ ਕੀਤੇ ਨੇ, ਅੰਬਾਰ ਲਗਾ ਦਿੱਤੇ ਨੇ, ਧਨ ਦੌਲਤ ਇਕੱਠੀ ਕਰ ਲਈ ਹੈ। ਐਨਸੀਬੀ ਨੇ ਪਹਿਲਾਂ ਤੋਂ ਹੀ ਐਕਸ਼ਨ ਲਿਆ ਹੋਇਆ ਸੀ, ਫਿਰ ਬਾਅਦ 'ਚ ਪਤਾ ਲੱਗਦਾ ਕਿ ਜੇਲ੍ਹ 'ਚ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਨਸ਼ਾ ਤਸਕਰਾਂ ਦੇ ਨਾਲ ਜਾਂ ਜਿਹੜਾ ਹੋਰ ਵੇਚਣ ਵਾਲੇ ਜਿਹੜੇ ਇੱਕ ਗਰੋਹ ਨੇ ਉਹਨਾਂ ਦੇ ਨਾਲ ਹਾਲੇ ਵੀ ਲਿੰਕ ਚੱਲ ਰਹੇ ਸਨ, ਉਸ ਲਿੰਕ ਨੂੰ ਤੋੜਨ ਦਾ ਹਵਾਲਾ ਦਿੰਦਿਆਂ ਹੋਇਆਂ ਦਾਅਵਾ ਕੀਤਾ ਜਾ ਰਿਹਾ ਕਿ ਐਨਸੀਬੀ ਹੁਣ ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਭੇਜਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇੱਕ ਫੜੇ ਗਏ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਡਿਬਰੂਗੜ੍ਹ ਭੇਜਿਆ ਜਾ ਚੁੱਕਾ ਹੈ ਅਤੇ ਦੂਜੀ ਇਹ ਵੱਡੀ ਕਾਰਵਾਈ ਇਸ ਤਰ੍ਹਾਂ ਦੀ ਹੈ ਕਿ ਹੁਣ ਇਹ ਰੁਝਾਨ ਪੈਦਾ ਹੋ ਗਿਆ। ਇਸ ਦੇ ਨਾਲ ਹੁਣ ਗੱਲਾਂ ਹੋਣ ਲੱਗਣਗੀਆਂ ਕਿ ਕੀ ਇਹੀ ਇੱਕੋ ਇੱਕ ਹੱਲ ਬਚਿਆ ਕਿ ਡਿਬਰੂਗੜ੍ਹ ਭੇਜਿਆ ਜਾਵੇ ਨਸ਼ਾ ਤਸਕਰਾਂ ਨੂੰ, ਕਿਉਂਕਿ ਇਸ ਤੋਂ ਪਹਿਲਾਂ ਡਿਬਰੂਗੜ੍ਹ ਪਹਿਲੀ ਵਾਰੀ ਭੇਜਣ ਦੀ ਜਿਹੜੀ ਕਾਰਵਾਈ ਇਹਨਾਂ ਦਿਨਾਂ 'ਚ ਦੇਖਣ ਨੂੰ ਮਿਲੀ ਸੀ ਉਹ MP ਜਿਹੜੇ ਬਾਅਦ ਵਿੱਚ ਬਣ ਗਏ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ਼ ਕਾਰਵਾਈ ਸੀ, ਜਿਹੜਾ ਕਿ ਥਾਣਾ ਅਜਨਾਲਾ ਦੇ ਵਾਲੀ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ DC ਅੰਮ੍ਰਿਤਸਰ ਨੇ ਆਰਡਰ ਦਿੱਤੇ ਸਨ, ਔਰ ਉਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਉਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਡਿਬਰੂਗੜ੍ਹ ਭੇਜ ਦਿੱਤਾ ਗਿਆ। ਉਹ ਡਿਟੈਂਸ਼ਨ ਪੀਰੀਅਡ ਹਾਲੇ ਤੱਕ ਵੀ ਵਧਾਇਆ ਹੋਇਆ, 2025 ਤੱਕ ਉਹ ਡਿਟੈਂਸ਼ਨ ਪੀਰੀਅਡ ਆ ਜਿਹੜਾ ਉਹ ਵਧਾ ਦਿੱਤਾ ਗਿਆ। ਅਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਕੀ ਪਹਿਲਾਂ ਉਸ ਗਤੀਵਿਧੀ ਨੂੰ ਲੈ ਕੇ ਡਿਬਰੂਗੜ੍ਹ ਭੇਜਣ ਦੀ ਤਿਆਰੀ, ਅਤੇ ਹੁਣ ਐਨਸੀਬੀ ਅਤੇ ਪੁਲਿਸ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਫੜੇ ਜਾ ਰਹੇ ਜਿਹੜੇ ਨਸ਼ੇ ਤਸਕਰ ਨੇ, ਕਿ ਉਹਨਾਂ ਨੂੰ ਵੀ ਹੁਣ ਲਿੰਕ ਤੋੜਨ ਵਾਸਤੇ ਡਿਬਰੂਗੜ੍ਹ ਭੇਜਿਆ ਜਾ ਰਿਹਾ। ਫਿਰ ਸਵਾਲ ਇਹ ਵੀ ਨਾਲ ਜੁੜਦਾ ਹੈ ਕਿ ਕੀ ਅਗਲੀ ਵਾਰੀ ਫਿਰ ਉਹਨਾਂ ਬਦਮਾਸ਼ਾਂ ਦੀ, ਗੈਂਗਸਟਰਾਂ ਦੀ ਹੋਵੇਗੀ ਜਿਹੜੇ ਅੰਦਰ ਬਹਿ ਕੇ ਜੇਲ੍ਹਾਂ ਤੋਂ ਫਰੌਤੀਆਂ ਮੰਗਦੇ ਨੇ, ਕਿ ਉਹਨਾਂ ਦਾ ਵੀ ਲਿੰਕ ਤੋੜਨ ਵਾਸਤੇ ਉਸ ਪਾਸੇ ਨੂੰ ਭੇਜਿਆ ਜਾਵੇਗਾ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਸੀ ਕਿ ਸੋਚੀ ਸਮਝੀ ਚਾਲ ਹੋ ਸਕਦੀ ਹੈ ਜੇਕਰ ਸਾਡੇ ਪੁੱਤਰ ਨੂੰ, ਸਾਡੇ MP ਨੂੰ, ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਹੁਣੀ ਗੱਲ ਹੋ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਹ ਗੱਲ ਆਖ ਦਿੱਤੀ ਗਈ। ਲੁਧਿਆਣਾ ਦੇ ਡਰੱਗ ਤਸਕਰ ਜਿਹੜੇ ਸੀ, ਐਨਸੀਬੀ ਦਾ ਐਕਸ਼ਨ ਉਹਨਾਂ ਦੇ ਉੱਤੇ ਚੱਲਣ ਲੱਗਿਆ ਵੱਡਾ, ਕਿਉਂਕਿ ਅਕਸ਼ੇ ਛਾਬੜਾ ਜਿਹੜਾ ਕਿ ਜਿਨ੍ਹਾਂ ਦੇ ਪਿਤਾ ਇੱਕ ਚਾਹ ਦੀ ਦੁਕਾਨ ਚਲਾਉਂਦੇ ਸਨ, ਬਹੁਤ ਹੀ ਆਮ ਅਤੇ ਸਧਾਰਨ ਜਿਹਾ ਪਰਿਵਾਰ, ਪਰ ਉਹਨਾਂ ਦਾ ਲੜਕਾ ਅਕਸ਼ੇ ਛਾਬੜਾ ਜਿਹੜਾ ਕਿ ਪਹਿਲਾਂ ਆਪਣੇ ਪਿਤਾ ਦੀ ਮਦਦ ਉਸੇ ਚਾਹ ਦੀ ਦੁਕਾਨ ਵਾਲੇ ਕਰਦਾ ਸੀ, ਫਿਰ ਮੈਡੀਕਲ ਸਟੋਰ 'ਤੇ ਕੰਮ ਕਰਨ ਲੱਗਿਆ, ਤਾਂ ਫਿਰ ਇੱਕ ਵੱਡਾ ਨਸ਼ਾ ਤਸਕਰ ਬਣ ਕੇ ਉੱਭਰਦਾ ਹੈ। ਅਤੇ ਉਸ ਤੋਂ ਬਾਅਦ ਫਿਰ ਜਦੋਂ ਇਸ ਦੇ ਬਾਰੇ ਉੱਘ ਸੁੱਘ ਮਿਲਦੀ ਹੈ ਅਤੇ ਪੁਲਿਸ ਨੇ ਕਾਰਵਾਈ ਕਰ ਦਿੱਤੀ ਅਤੇ ਐਨਸੀਬੀ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੀ। ਉਸਦਾ ਇੱਕ ਸਾਥੀ ਹੈ ਗੋਲਡੀ, ਹੁਣ ਦੋਵੇਂ ਡਿਬਰੂਗੜ੍ਹ ਭੇਜੇ ਜਾਣਗੇ, ਔਰ ਇਸ ਨੂੰ ਜਿਹੜੀ ਗਤੀਵਿਧੀ ਹੈ ਕਿ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਹਾਲੇ ਵੀ ਉਹ ਜੇਲ੍ਹ ਦੇ ਅੰਦਰ ਰਹਿ ਕੇ ਵੀ ਚਲਾ ਰਹੇ ਸਨ, ਉਹਨਾਂ ਨੂੰ ਲਿੰਕ ਤੋੜਨ ਦੇ ਲਈ ਐਨਸੀਬੀ ਦਾ ਦਾਅਵਾ ਹੈ ਕਿ ਜਸਪਾਲ ਗੋਲਡੀ ਅਤੇ ਅਕਸ਼ੇ ਛਾਬੜਾ ਨੂੰ ਡਿਬਰੂਗੜ੍ਹ ਭੇਜਿਆ ਜਾਣਾ। ਡਰੱਗ ਤਸਕਰੀ ਕਰਨ ਵਾਲੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਕਿ ਬਾਰਡਰ ਸਟੇਟ ਦਾ ਫਾਇਦਾ ਚੁੱਕਦਿਆਂ ਹੋਇਆਂ ਵੱਡੇ ਕਾਰੋਬਾਰ ਕਰਦੇ ਨੇ, ਕਾਲੇ ਧੰਦੇ ਕਰਦੇ ਨੇ, ਅਤੇ ਇਹੀ
ਦਾਅਵਾ ਕੀਤਾ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਰਹਿ ਕੇ ਵੀ ਇਹ ਨਹੀਂ ਸਨ ਟਿਕੇ। ਇਸੇ ਕਰਕੇ ਅਕਸ਼ੇ ਛਾਬੜਾ ਅਤੇ ਜਸਪਾਲ ਸਿੰਘ ਉਰਫ ਗੋਲਡੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ NCB ਨੇ ਜਦੋਂ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੋਵਾਂ ਨੂੰ ਹੁਣ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਣਾ ਤਾਂ ਕਿ ਨਸ਼ਾ ਤਸਕਰੀ ਦੀਆਂ ਜਿਹੜੀਆਂ ਗਤੀਵਿਧੀਆਂ ਹਾਲੇ ਵੀ ਚਲਾ ਰਹੇ ਨੇ ਜੇਲ੍ਹ 'ਚ ਬੈਠ ਕੇ ਉਹਨਾਂ ਨੂੰ ਰੋਕਿਆ ਜਾ ਸਕੇ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਕਿ ਕੀ ਲਿੰਕ ਤੋੜਨ ਵਾਸਤੇ ਹੀ ਰਾਹ ਲੱਭਿਆ ਗਿਆ, ਫਿਰ ਜਿਹੜੇ ਸੰਬੰਧਿਤ ਜੇਲ੍ਹ ਅਧਿਕਾਰੀ ਨੇ ਉਹਨਾਂ ਉੱਤੇ ਕੀ ਐਕਸ਼ਨ ਲਿਆ ਜਾਵੇਗਾ ਕਿ ਜਿਹੜੇ ਇਸ ਨੈਕਸਸ ਨੂੰ ਜੇਲ੍ਹ 'ਚ ਕਾਬੂ ਕਰਕੇ ਵੀ ਤੋੜ ਨਾ ਸਕੇ। ਤਾਂ ਜੇਲ੍ਹ ਮਹਿਕਮੇ ਦੇ ਉੱਤੇ ਵੀ ਵੱਡੇ ਸਵਾਲ ਉੱਠਦੇ ਨੇ ਇਸ ਦੇ ਨਾਲ, ਇਸ ਸੰਕੇਤ ਦੇ ਨਾਲ। ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਉਹਨਾਂ ਨੇ ਨਸ਼ਾ ਤਸਕਰੀ ਦਾ ਧੰਦਾ ਜਾਰੀ ਰੱਖਿਆ। ਅਕਸ਼ੇ ਛਾਬੜਾ ਅਤੇ ਜਸਪਾਲ ਗੋਲਡੀ ਦੋਵੇਂ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ, ਪਰ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਦੇ ਕੰਮ ਹਾਲੇ ਕਰ ਰਹੇ ਸਨ, ਜਿਸ ਦੇ ਕਰਕੇ ਇਹ ਪਤਾ ਲੱਗਦਾ ਕਿ ਹੁਣ ਅਕਸ਼ੇ ਛਾਬੜਾ ਦੇ ਖਿਲਾਫ਼ NDPS ਅਧਿਨਿਯਮ ਦੇ ਤਹਿਤ 03 FIR ਅਤੇ ਜਸਪਾਲ ਸਿੰਘ ਉਰਫ ਗੋਲਡੀ ਦੇ ਖਿਲਾਫ਼ NDPS ਨਿਯਮਾਂ ਦੇ ਤਹਿਤ 01 FIR ਦਰਜ ਕੀਤੀ ਗਈ ਹੈ। ਡਰੱਗ ਮਾਫੀਆ ਦਾ ਲਿੰਕ ਤੋੜਨ ਦੇ ਲਈ ਇਹ ਐਕਸ਼ਨ ਹੋ ਰਿਹਾ। NCB ਦਾ ਦਾਅਵਾ ਹੈ ਕਿ ਦੂਸਰੀ ਇਹ ਵੱਡੀ ਕਾਰਵਾਈ NCB ਦੇ ਦੁਆਰਾ ਜਦੋਂ ਆਪਣੇ ਖੇਤਰ ਅਧਿਕਾਰ ਤੋਂ ਬਾਅਦ ਬਾਹਰ ਜਿਹੜਾ ਜੇਲ੍ਹ ਦੇ ਵਿੱਚ ਡਰੱਗ ਮਾਫੀਆ ਦਾ ਲਿੰਕ ਤੋੜਨ ਵਾਸਤੇ ਕਦਮ ਚੁੱਕਿਆ ਜਾ ਰਿਹਾ। ਇਸ ਤੋਂ ਪਹਿਲਾਂ 13 ਅਗਸਤ 2024 ਨੂੰ ਬਲਵਿੰਦਰ ਸਿੰਘ ਉਰਫ ਬਿੱਲਾ ਹਵੇਲੀਆਂ ਜਿਹੜਾ ਹੈ ਉਸ ਦੇ ਖਿਲਾਫ਼ ਇਸ ਤਰ੍ਹਾਂ ਦੀ ਐਕਸ਼ਨ ਲਿਆ ਗਿਆ ਸੀ। ਜੈਪੁਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਜਾਂਦਾ ਪਹਿਲਾਂ ਅਕਸ਼ੇ ਛਾਬੜਾ ਨੂੰ NCB ਨੇ ਗ੍ਰਿਫਤਾਰ ਕੀਤਾ। ਇਸ ਦਾ ਪਿਛੋਕੜ ਕੀ ਹੈ, ਇਹ ਕਿੰਗ ਪਿੰਨ ਜਿਹੜਾ ਕਿਵੇਂ ਬਣਿਆ? ਅਕਸ਼ੇ ਛਾਬੜਾ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ NCB ਨੇ ਗ੍ਰਿਫਤਾਰ ਕੀਤਾ ਸੀ। 24 ਨਵੰਬਰ 2024 ਨੂੰ ਦੇਸ਼ ਛੱਡ ਕੇ ਉਹ ਸ਼ਾਰਜਹਾਂ ਸੰਯੁਕਤ ਅਰਬ ਅਮੀਰਾਤ ਭੱਜਣ ਦੀ ਫਿਰਾਕ ਦੇ ਵਿੱਚ ਸੀ, ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਇਲਾਵਾ NCB CR ਨੇ ਜਦੋਂ ਜਾਂਚ ਕੀਤੀ ਤਾਂ ਅਕਸ਼ੇ ਛਾਬੜਾ ਦਾ ਡਰੱਗ ਸਿੰਡੀਕੇਟ ਚਲਾਉਣ ਵਾਲੇ ਜਸਪਾਲ ਸਿੰਘ ਉਰਫ ਗੋਲਡੀ ਦਾ ਨਾਮ ਵੀ ਸਾਹਮਣੇ ਆ ਗਿਆ। ਜਾਂਚ ਤੋਂ ਪਤਾ ਲੱਗਿਆ ਕਿ ਲੁਧਿਆਣਾ ਸਥਿਤ ਇਸ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੇ ਕਰੀਬ ICP ਅਟਾਰੀ ਪੰਜਾਬ ਅਤੇ ਜਿਹੜੀ ਆ ਮੁੰਦਰਾ ਸੀ ਪੋਰਟ ਗੁਜਰਾਤ ਅਤੇ ਜੰਮੂ ਕਸ਼ਮੀਰ ਤੋਂ 1400 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਤਸਕਰੀ ਕੀਤੀ ਹੈ। ਇਸ ਮਾਮਲੇ ਵਿੱਚ NCB ਨੇ 20 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਕੇਸ ਦੇ ਵਿੱਚ ਕਿੰਗਪਿੰਗ ਅਤੇ ਜਿਹੜਾ ਤਸਕਰ ਸਹਿਤ 2 ਅਫਗਾਨ ਨਾਗਰਿਕ ਵੀ ਸ਼ਾਮਲ ਨੇ। 57 ਕਰੋੜ ਤੋਂ ਵੱਧ ਦੀ ਜਾਇਦਾਦ ਪੁਲਿਸ ਨੇ ਜਿਹੜੀ ਆ ਫਰੀਜ਼ ਕੀਤੀ ਹੈ NCB ਦੀ ਮਦਦ ਦੇ ਨਾਲ। ਹੁਣ ਤੱਕ NCB ਨੇ ਇਹਨਾਂ ਮੁਲਜ਼ਮਾਂ ਦੇ ਕੋਲੋਂ 40 ਕਿਲੋਗ੍ਰਾਮ ਹੈਰੋਇਨ, 0.557 ਕਿਲੋਗ੍ਰਾਮ ਅਫੀਮ ਅਤੇ 23.645 ਕਿਲੋਗ੍ਰਾਮ ਜਿਹੜਾ ਨਾਰਕੋਟਿਕਸ ਪਾਊਡਰ ਹੈ ਉਹ ਬਰਾਮਦ ਕੀਤਾ। 4 ਬੋਤਲਾਂ HCL ਦੀਆਂ ਬਰਾਮਦ ਕੀਤੀਆਂ ਨੇ। 31 ਜਿਹੜੇ ਜ਼ਿੰਦਾ ਕਾਰਤੂਸ ਫੜੇ ਗਏ ਨੇ। 1 ਮੈਗਜ਼ੀਨ ਰਿਕਵਰ ਕੀਤੀ ਗਈ ਹੈ। ਇਸ ਗਰੁੱਪ ਦੀਆਂ 2 ਫੈਕਟਰੀਆਂ ਅਤੇ ਹੈਰੋਇਨ ਪ੍ਰੋਸੈਸਿੰਗ ਟਿਕਾਣਿਆਂ ਦਾ ਪਤਾ ਲਗਾ ਕੇ ਉਸ ਦਾ ਵੀ ਜਿਹੜਾ ਖੁਲਾਸਾ ਕੀਤਾ ਗਿਆ। ਹੁਣ ਤੱਕ 57 ਕਰੋੜ ਤੋਂ ਜ਼ਿਆਦਾ ਇਸ ਡਰੱਗ ਸਿੰਡੀਕੇਟ ਦੀ ਚੱਲ ਅਤੇ ਆਚੱਲ ਜਾਇਦਾਦ ਆ ਜਿਹੜੀ NCB ਨੇ ਚੰਡੀਗੜ੍ਹ ਦੀ ਟੀਮ ਨੇ ਇਸ ਦੁਆਰਾ ਫਰੀਜ਼ ਕਰ ਦਿੱਤੀ ਹੈ। ਅਫਗਾਨ ਦੇ ਵਿਗਿਆਨਿਕਾਂ ਤੋਂ ਤਿਆਰ ਕਰਵਾਉਂਦੇ ਸੀ ਇਹ ਦਵਾਈਆਂ। ਜਾਂਚ ਦੇ ਵਿੱਚ ਪਤਾ ਲੱਗਦਾ ਹੈ ਕਿ ਇਹਨਾਂ ਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿੰਨਾ ਬੋਲਬਾਲਾ ਸੀ ਜਾਂ ਕਿੰਨੇ ਵੱਡੇ ਲਿੰਕ ਸਨ। NCB ਨੇ ਇਹ ਵੀ ਜਾਂਚ ਦੇ ਵਿੱਚ ਪਾਇਆ ਕਿ ਜਿਹੜਾ ਅਕਸ਼ੇ ਛਾਬੜਾ ਦੂਸਰੇ ਦੇਸ਼ਾਂ ਤੋਂ ਕੱਚੇ ਮਾਲ ਦੀ ਤਸਕਰੀ ਕਰਦਾ ਸੀ ਅਤੇ ਅਫਗਾਨ ਦੇ ਵਿਗਿਆਨਿਕਾਂ ਤੋਂ ਜਿਹੜਾ ਪਿੰਡ ਮਾਣਕਵਾਲ ਅਤੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਸਥਿਤ 2 ਗੁਪਤ ਪ੍ਰਯੋਗਸ਼ਾਲਾਵਾਂ ਜਿਹੜੀਆਂ ਨੇ ਉਹਨਾਂ ਨੇ ਬਣਾਈਆਂ ਹੋਈਆਂ ਸਨ, ਜਿੱਥੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸੀ। ਅਤੇ ਛਾਬੜਾ ਦਾ ਗਰੀਬੀ ਤੋਂ ਅਮੀਰੀ ਤੱਕ ਦਾ ਸਫ਼ਰ ਹੈ ਜਿਹੜਾ ਇਹ ਮਹਿਜ 2 ਸਾਲ ਦਾ ਹੈ। 2 ਸਾਲਾਂ ਦੇ ਵਿੱਚ ਵੀ ਕਰੋੜਾਂ ਰੁਪਏ ਦੀ ਇਸ ਨੇ ਜਾਇਦਾਦ ਬਣਾ ਲਈ ਅਤੇ ਜਿਸ ਤੋਂ ਬਾਅਦ NCP ਦੇ ਐਕਸ਼ਨ ਦੇ ਨਾਲ
ਇਹ ਸਾਰਾ ਕੁਝ ਖੁਲਾਸਾ ਹੋ ਗਿਆ। ਉਸਦੇ ਪਿਤਾ ਗਿੱਲ ਰੋਡ ਦੇ ਉੱਤੇ ਅਨਾਜ ਮੰਡੀ ਦੇ ਵਿੱਚ ਇੱਕ ਚਾਹ ਦੀ ਦੁਕਾਨ ਚਲਾਉਂਦੇ ਸੀ। ਉਸ ਤੋਂ ਬਾਅਦ ਪਿਤਾ ਦੀ ਉਸਨੇ ਮਦਦ ਵੀ ਕੀਤੀ ਅਤੇ ਬਾਅਦ ਵਿੱਚ ਉਹ ਇੱਕ ਕੈਮਿਸਟ ਦੀ ਦੁਕਾਨ ਦੇ ਉੱਤੇ ਕੰਮ ਕਰਨਾ ਉਸਨੇ ਸ਼ੁਰੂ ਕੀਤਾ। ਇਸ ਦੇ ਦੌਰਾਨ ਹੀ ਉਸਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਵਿੱਚ ਉਹ ਸ਼ਾਮਲ ਹੁੰਦਾ। ਹੌਲੀ ਹੌਲੀ ਅਕਸ਼ੇ ਛਾਬੜਾ ਅਤੇ 2 ਸਾਲਾਂ ਦੇ ਵਿੱਚ ਹੀ ਉਸਨੇ ਸ਼ਹਿਰ ਦੇ ਵਿੱਚ ਕਰੋੜਾਂ ਦੀਆਂ ਆਲੀਸ਼ਾਨ ਬਿਲਡਿੰਗਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸੰਪੱਤੀ ਬਣਾਉਣੀ ਸ਼ੁਰੂ ਕਰ ਲਈ। ਜਦੋਂ ਇਸ ਦੀ ਉਕਸੁਕ ਮਿਲਦੀ ਹੈ, ਸੂਹ ਮਿਲਦੀ ਹੈ, ਤਾਂ ਫਿਰ ਪੰਜਾਬ ਪੁਲਿਸ ਅਤੇ NCB ਨੇ ਸਾਂਝੇ ਆਪਰੇਸ਼ਨ ਦੇ ਵਿੱਚ ਹੀ ਇਸਦਾ ਜਿਹੜਾ ਖੁਲਾਸਾ ਕੀਤਾ, ਅਕਸ਼ੇ ਛਾਬੜਾ ਨੂੰ ਵੀ ਕਾਬੂ ਕਰ ਲਿਆ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ। ਤਾਂ ਹੁਣ ਇਹ ਪਤਾ ਲੱਗਿਆ ਕਿ ਹੁਣ ਇਹਨਾਂ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਵੀ ਇਹ ਕੰਮ ਬੰਦ ਨਹੀਂ ਸੀ ਕੀਤਾ। ਜੇਲ੍ਹ ਦੇ ਵਿੱਚੋਂ ਇਹ ਚੇਨ ਕਿਵੇਂ ਚਲਾ ਰਹੇ ਸੀ, ਇਸ ਨੂੰ ਤੋੜਨ ਦੇ ਲਈ NCB ਦਾ ਦਾਅਵਾ ਹੈ ਕਿ ਡਿਬਰੂਗੜ੍ਹ ਇਹਨਾਂ ਨੂੰ ਭੇਜਿਆ ਜਾ ਰਿਹਾ। ਪਰ ਸਵਾਲ ਇਹ ਹੈ ਕਿ ਨਸ਼ਾ ਤਸਕਰ ਜਿਹੜੇ ਚੇਨ ਚਲਾ ਰਹੇ ਸੀ, ਕਾਲਾ ਧੰਦਾ ਕਰ ਰਹੇ ਸੀ, ਉਹਨਾਂ ਦੀ ਚੇਨ ਤੋੜਨ ਵਾਸਤੇ ਤਾਂ ਇਹਨਾਂ ਨੂੰ ਭੇਜਿਆ ਜਾ ਰਿਹਾ, ਪਰ ਜਿਹੜੇ ਉੱਥੇ ਕੰਟਰੋਲ ਕਰਨ ਵਾਲੇ ਨੇ, ਜੇਲ੍ਹ ਦੇ ਅਧਿਕਾਰੀ ਸੀ, ਪ੍ਰਸ਼ਾਸਨ ਅਧਿਕਾਰੀ ਹੈ, ਉਹਨਾਂ ਦੇ ਉੱਤੇ ਐਕਸ਼ਨ ਕੀ ਲਿਆ ਜਾਵੇਗਾ? ਜੇਲ੍ਹ ਮਹਿਕਮੇ ਦੇ ਉੱਤੇ ਵੀ ਸਵਾਲ ਇਸ ਦੇ ਨਾਲ ਵੱਡੇ ਖੜ੍ਹੇ ਹੁੰਦੇ ਨੇ। ਤਾਂ ਅਜਿਹੀ ਕਾਰਵਾਈ ਜਿਹੜੀ ਕਿ ਡਿਬਰੂਗੜ੍ਹ ਭੇਜਣ ਦਾ ਹੁਣ ਰੁਝਾਨ ਸ਼ੁਰੂ ਹੋ ਗਿਆ ਪੰਜਾਬ ਤੋਂ ਨਸ਼ਾ ਤਸਕਰਾਂ ਨੂੰ, ਇਸ ਦੇ ਬਾਰੇ ਤੁਹਾਡਾ ਕੀ ਮੰਨਣਾ? ਕਿ ਇਹ ਸਹੀ ਦਿਸ਼ਾ ਵੱਲ ਚੁੱਕੇ ਜਾ ਰਹੇ ਕਦਮ ਨੇ, ਜਾਂ ਫਿਰ ਕੋਈ ਹੋਰ ਹੱਲ ਕੱਢਣ ਦੀ ਵੀ ਲੋੜ ਹੈ ਤਾਂ ਕਿ ਨਸ਼ਾ ਤਸਕਰਾਂ 'ਤੇ ਕਾਬੂ ਪਾਇਆ ਜਾ ਸਕੇ? ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਆਪਣੇ ਆਪਣੇ ਮਨ ਦੇ ਵਿਚਾਰ ਜ਼ਰੂਰ ਸਾਂਝੇ ਕਰਿਓ ਅਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ।